हाँ जी भी जी सारे सत श्रीकाल जी, संदीप डेयरी फार्म विच तुहाडा बहुत बहुत वेलकम है जी। आदि अपने भी जिहड़े हैगे जी पिंड मत्तेवाल जी, जिला अमृतसर पैंदा, तहसील बाबा बकाला पैंदी है जी। तो अज फिर भाई निम्मे आ चुके जी आप, अज फिर बहुत सी चंगी मझां तो बिल्कुल छोटे छोटे भा भोले जे भा लिया मई सेल आ। तो हूँ बई जी ने गलबात करिए कि इन्हें प्राइस की आ, तो की मिलक रिकॉर्ड आ। उस तो बड़े जी रिक्वेस्ट कर तुम वालों, तो जो भी पहले वीडियो वेख रहे हैं उन्होंने भी रिक्वेस्ट है कि अपने चैनल सब्सक्राइब कर जी, तो घंटे बड़े जरूर दबान ता कि नई वीडियो आ सके। भी जी एक होर रिक्वेस्ट आ, बार बार एक बेनती होंगी आ, इतने आओ एक टाइम दो टाइम चुवाई जरूर करो, ठीक है ना जी। देखो चुवाई तुम आप करनी आ, पैसे लाने, ठीक है जी। अब पूरी तसली ने लैके जाओ, हम बाई होने गलबात करिए। हाँ जी भाई, सत्या जी। सत्या जी संदीप जी, होर भाजी किदा जी? वधिया चढ़दी कला जी, वधिया जी। हां हां वधिया। किवें फिर वेख्या माल पिछला जी? हां संदीप सिंह, बड़ी मालिक दी कृपा वा। हां जी, ये 10 तरीक नु वीडियो पई संदीप सिंह, 10 को जना मेरे खाना पई वीडियो। हां जी हां जी, बस जी ये आ भी आपां शामा तक माल ओ ते गया ही वेख। हां जी, एक दो महियां लईयां लल्लियां साडे गुजरां ने। अच्छा जी, ते दो लैके गए ते दो फेर लै लिया, मतलब के 12 तरीक तक संदीप सिंह हड्डियां, मतलब के मालिक की कृपा नाल 20 मईयां विकियां ते दो गाईयां। अच्छा जी, ठीक है। एक गां जिहड़ी सी ओह वी, एक होर गां दी, ठीक है जी। ते 12 तरीक शामां नूं मतलब के 20 मईयां बाहरों फेर लईयां लईयां, 20 मईयां संदीप सिंह मतलब के विकियां ते दो गावां, बाई डंगर मालिक की कृपा नाल विकी आ, बहुत वधिया। मतलब के गल इदां वा वी वीडियो वैरकां चली आ। एक गल आ संदीप साहिब, माल साडा सारे पासे गया, सिर्फ एक थां माल नहीं गया, सिर्फ ਹੁਸ਼ਿਆਰਪੁਰ ਲੋਕ ਆਂਦੇ ਆ, ਮੇਰਾ ਨਹੀਂ ਉੱਥੇ ਗਿਆ ਸੀ। ਅੱਛਾ, ਉਧਰ ਨਹੀਂ ਗਿਆ ਤੁਹਾਡਾ? ਟਾਂਡੇ ਤੱਕ ਗਈਆਂ, ਟਾਂਡੇ ਤੱਕ ਗਈਆਂ, ਟਾਂਡੇ ਤੱਕ ਗਈਆਂ। ਹੁਣ ਤੇ ਅਲੱਗ ਅਲੱਗ ਮਹੀਨੇ ਚਲ ਗਏ, ਕੋ ਤਰਨ ਤਾਰਨ ਦੇ ਬੰਦਿਆਂ ਲਈਆਂ ਸੀ, ਉਹ ਅੰਬਰ ਸਾਹਿਬ ਦੇ ਨੇ, ਉਹ ਕਪੂਰਥਲੇ ਦੇ ਬਹੁਤ ਜ਼ਿਆਦਾ ਮਾਲ ਗਿਆ, ਮਾਲ ਗਿਆ ਕਪੂਰਥਲੇ, ਬੜਾ ਮਾਲ ਗਿਆ। ਤੇ ਬਾਜੀ ਫਿਰ ਵਪਾਰ ਵੀ ਆਉਂਦੇ ਕਿ ਨਹੀਂ ਫਿਰ ਉਧਰੋਂ? ਨਹੀਂ, ਵਪਾਰੀ ਵੀ ਵੇਚਣ ਵਾਲੇ ਵੀ ਆਉਂਦੇ, ਵੇਚਣ ਵਾਲੇ ਵੀ ਆਉਂਦੇ ਨੇ, ਵੇਚਣ ਵਾਲੇ ਮਾਲ ਸਾਡਾ, ਮਤਲਬ ਕਿ ਰੇਟ ਬਿਲਕੁਲ ਜਾਇਜ਼ ਆ। ਹੁਣ ਸੰਦੀਪ ਸਾਹਿਬ ਮਈਆਂ ਹੱਡੀਆਂ ਫੇਰ ਅੱਜ ਬੜੀਆਂ ਮਾਲਕ ਦੀ ਕਿਰਪਾ ਨਾਲ ਨਾ, 5-6 ਮਈਆਂ ਜਿਹੜੀਆਂ ਛੋਟੇ ਭਾ ਦੀਆਂ, ਦੋ ਸਿਰਫ ਮਈਆਂ ਸੰਦੀਪ ਸਿੰਘ ਪਤਾ, ਬੰਦਿਆ ਸਾਡੇ ਆਪਣੇ ਗਾਹਕ ਜਿਹੜੇ ਖੁਦ ਦੇ ਨੇ, ਜਿਨ੍ਹਾਂ ਨੇ ਅੱਗੇ ਸਾਡੇ ਕੋਲ ਮਈਆਂ ਖੜੀ, ਹਾਂਜੀ, ਉਹ ਆਂਦੇ ਥੋੜੀਆਂ ਜਿਹੀਆਂ ਵੱਡੀਆਂ ਮਈਆਂ ਲਿਆਓ, ਦੋ ਸੰਦੀਪ ਸਿੰਘ ਹੀ ਮਈਆਂ ਆਉਂਦੀਆਂ ਵਾ, ਠੀਕ ਆ। ਇੱਕ ਦੂਜੇ ਸੂਏ ਝੋਟੀ ਆ ਜਿਹੜੀ ਛਿੱਗੀ ਆ, ਪਹਿਲੇ ਸੂਏ 13 ਕਿਲੋ ਦੁੱਧ ਕੱਢਿਆ, ਇੱਕ ਉਹ ਆ, ਇੱਕ ਨੀਲੀ ਦੀ, ਪਿਓਰ ਨੀਲੀ ਦੀ, ਪਿਓਰ ਨੀਲੀ ਜਾਸੂਆ, ਠੀਕ ਆ, ਉਹ 15 ਕਿਲੋ ਵਾਲੀ ਆ, ਠੀਕ ਆ। ਬਾਕੀ ਮਈਆਂ ਸੰਦੀਪ ਸਿੰਘ ਹੀ ਮਤਲਬ ਕਿ ਬਿਲਕੁਲ ਜਿਹੜੀਆਂ ਨਾ ਹੌਲੇ ਭਾ ਦੀਆਂ ਮਈਆਂ, ਹਾਂਜੀ, ਬਰਾਬਰ ਜੀਆਂ ਮਈਆਂ ਵਾ, ਛੋਟੀਆਂ ਮਈਆਂ ਮਤਲਬ ਕਿ ਗੱਲ ਤਾਂ ਵਾ ਵੀ ਜ਼ਿਆਦੀਆਂ, ਮਤਲਬ ਕਿ ਬਹੁਤ ਜ਼ਿਆਦੀਆਂ ਵੱਡੀਆਂ, ਆਖੀ ਉਹ ਨਹੀਂ, ਦੁੱਧ 10-10 ਕਿਲੋ ਵਾਲੀ, 10-10 ਕਿਲੋ, 10-10 ਕਿਲੋ ਦੁੱਧ ਕੱਢਣੀ। ਹੁਣ ਮਤਲਬ ਕਿ ਸਾਨੂੰ ਲੋਕਾਂ ਨੇ ਨਾ ਇਹ ਗੱਲ ਦਾ ਬੜਾ ਸਾਡੇ ਤੇ ਵਿਸ਼ਵਾਸ ਕੀਤਾ, ਜਿਹੜਾ ਸੰਦੀਪ ਸਿੰਘ ਮਈਆਂ ਦਾ ਕਿਸੇ ਦਾ 8 ਕਿਲੋ ਤੇ ਕਿਸੇ ਦਾ 10 ਦੱਸਿਆ, ਹਾਂਜੀ, ਦੁੱਧ ਇਹਨਾਂ ਦਿਨਾਂ 'ਚ ਸੰਦੀਪ ਸਿੰਘ ਇੰਨਾ ਕੱਢਣ ਡਿਆ, ਜਿਹੜੀ ਮਤਲਬ ਕਿ ਜ਼ਿਆਦੀ ਆਪਾਂ 1.5 ਲੱਖ ਦੀ ਜਾਂ 2 ਦੀ ਕਹਿ ਦਿੰਦੇ ਆ, ਜਾਂ ਮਤਲਬ ਕਿ 1-35 ਦੀ ਕਹਿ ਦਿੰਦੇ ਆ, ਉਹ ਸੰਦੀਪ ਸਿੰਘ ਦਮੈ ਜਿਹੜੀ ਹੈ ਨਾ, ਉਹ ਚਲੋ ਮੰਨਿਆ ਦੁੱਧ 15-16 ਕਿਲੋ ਕੱਢਦੀ, ਪਰ ਸੇਵਾ ਬੜੀ ਮੰਗਦੀ, ਸੇਵਾ ਮੰਗਦੀ ਭਾਜੀ, ਮੰਗਦੀ ਦੁੱਧ ਅਕਸਰ ਸੇਵਾ ਨਾਲ ਨਿਕਲਣਾ ਭਾਜੀ, ਚਲਾਈਏ ਕੰਮ, ਹਾਂਜੀ ਚਲੋ ਚਲੋ। ਇਹ ਸੰਦੀਪ ਸਿੰਘ ਪਹਿਲਾ ਸੂਆ ਵਾ, ਹਾਂਜੀ, ਕੱਟੀ ਪਹਿਲੇ ਸੂਏ ਆ, ਗੱਬਣ ਹੈ ਜੀ? ਨਹੀਂ, ਸੂਈ ਆ, ਸੂਈ ਆ, ਹਾਂ ਨੀਲੀ ਦਾ ਮਗਰ ਮੱਚਾ ਦੇ ਕੱਟੀ, ਅੱਛਾ ਜੀ, ਕੱਟਾ, ਕੱਟਾ, ਠੀਕ ਆ। ਸੰਦੀਪ ਸਿੰਘ ਇੰਨੀ ਜ਼ਿਆਦੀ ਚੋਂ ਚੰਗੀ ਝੋਟੀ ਨੂੰ ਸੂਈ ਨੂੰ ਅੱਜ ਚੌਥਾ ਭਰਿਆ ਦੇ ਨੂੰ, 8-9 ਕਿਲੋ ਗੋਲਾ ਥੋੜਾ ਪੱਕ ਕੇ ਬਣੀ ਲੱਗ ਜਾਣਾ ਜੀ, ਪੱਕ ਕੇ ਬਣੀ ਆ, ਹਾਂਜੀ, ਚੋਣ ਬਹੁਤ ਜ਼ਿਆਦੀ ਚੰਗੀ ਆ, ਸੇਲ ਸਾਰੀ, ਆ ਦੇਖੋ ਜੀ ਪਹਿਲਾ ਸੂਆ ਨੀਲੀ ਦੀ ਮੱਝ ਆ ਜੀ, ਤੇ ਨਿਸ਼ਾਨੀਆਂ ਚੋਣ ਬਣੀ ਸੀ, ਐਂਡੀ ਕਰਾਇਆ ਪਿਆ, ਆ ਦੇਖੋ ਜੀ, ਆ ਦੇਖੋ ਮੋਲ 56 ਦੇਣੇ ਹੀ 55 ਬਸ, ਠੀਕ ਹੈ ਜੇ 10 ਕਿਲੋ ਤੋਂ ਦੁੱਧ ਨਾ ਸਹੀ ਸਾ ਘੱਟ ਕੱਢ ਤੇ ਮੈਂ ਸਾਡੀ ਦੇਖੋ ਜੀ ਬਿਲਕੁਲ 8 ਕਿਲੋ ਪੋਲਾ ਦੇ ਪਾ ਜੀ, ਆ ਦੇਖੋ ਜੀ ਇਹ ਢੋਡੀ ਆ ਗਈ ਕੋਨੀ, ਢੋਡੀ ਇਹ ਵੀ ਸੂਈ ਹੈ ਜੀ, ਕੋਈ ਕੱਟੀ ਮਗਰ ਜੀ, ਕੱਟੀ ਮਗਰ ਖੜ ਜੀ ਇੱਕ ਮਿੰਟ ਵੀਰ ਜੀ ਖੜ ਜੀ, ਹਾਂਜੀ ਹਾਂਜੀ ਆ ਬੱਚਾ ਖਾ ਦੇ, ਕੱਟੀ ਆ 15 ਦਿਨਾਂ ਦੀ ਮੈਂ ਸੂਈ ਆ, ਮੈਲਾ ਮਾਰ ਜੀ, ਅੱਛਾ 15 ਦਿਨ ਮੈਲਾ ਮਾਰ ਚੁੱਕੀ ਆ, ਮੈਲਾ ਮਾਰਤਾ, ਆ ਦੇਖੋ
ਤੇ ਕਿੰਨਾ ਦੁੱਧ ਤਿਆਰ ਹੈ ਜੀ ਇਸ ਟਾਈਮ? ਜਾਂ ਸੁਬਾ ਸੰਦੀਪ ਸਿੰਘ ਹੋਊ ਸ਼ਾਇਦ 10 ਕਿਲੋ ਹੀ, ਘਰ ਆਪਾਂ 9 ਕਿਲੋ ਦੇ 9 ਕਿਲੋ ਆ ਦੇਖੋ ਜੀ ਪੋਡੀ ਹੈ ਜੀ ਪੂਰੀ ਰਾਜੀ ਮਾਜਾ ਤੇ ਕਦ ਕੜੇ ਬਹੁਤ ਸੋਹਣਾ ਆ ਦੇਖੋ ਆ ਦੇਖ ਆ ਦੇਖੋ ਆ ਦੇਖੋ ਜੀ ਹੁਣ ਚੋਣ ਦਾ ਟਾਈਮ ਸੀ ਜੀ ਹੋਇਆ ਦਾ 5 ਵਜੇ ਹੋ ਗਿਆ ਜੀ ਹੋ ਗਿਆ 5 ਵਜ ਚੁੱਕੇ ਜੀ ਤੇ ਸਵੇਰ ਵੀ ਫਿਰ ਇੰਨੇ ਵਿੱਚ ਹੋਈ ਜੀ 5 ਤੋਂ 5 ਜੀ ਆ ਦੇ ਬਹੁਤ ਸੋਹਣਾ ਰੇਟ ਹੈ ਜੀ ਆ ਦੇਖੋ ਜੀ ਖੜ ਜਾਓ ਪਹਿਲਾ ਸੂਆ ਹੈ ਜੀ ਸੂਈ ਹੈ ਜੀ ਹਾਂਜੀ 8 ਕਿਲੋ ਬੋਲਾ ਤੋਰੋ ਜੀ ਆ ਦੇਖੋ ਫੇਰ ਦਿਖਾਓ ਮੜਾ ਆ ਤੋਰੋ ਜੀ ਆ ਦੇਖੋ ਕੱਟੀ ਵੀ ਖਾਣੇ ਆ ਦੇਖੋ ਬਿਲਕੁਲ ਭਾਜੀ ਆ ਬੱਚਾ 8 ਕਿਲੋ ਬੋਲਾ ਜੀ ਬਿਲਕੁਲ ਆ ਦੇਖੋ ਕਰ ਦੂ 10 ਕਿਲੋ ਜੀ 10 ਕਿਲੋ ਕਰ ਦੂ ਬਹੁਤ ਸੋਹਣੀ ਝੋਟੀ ਆ ਤੇ ਕਦ ਖੜੇ ਪੂਰਾ ਜੀ ਆ ਦੇਖੋ ਆ ਦੇਖੋ ਲੈ ਚਲੋ ਜੀ ਕੱਟੀ ਮਗਰਾ ਜੀ ਇਹਦਾ ਵੀ 65,000 ਰੁਪਈਆ ਸੰਦੀਪ ਵਾਹ ਜੀ ਵਾਹ ਆ ਜਾਓ ਇੱਧਰ ਆ ਜਾਓ ਬਿਲਕੁਲ 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 ਜੈ ਜੀ ਅੱਛਾ ਦੂਜਾ ਇਹ ਵੀ ਸੂਈ ਹੈ ਜੀ ਨਹੀਂ ਗੱਬਣਾ ਉਹ ਗੱਬਣਾ ਉਹ ਗਾੜੀ ਇੱਕ ਜਾਂ ਉੱਚੇ ਬੱਚੇ ਅੱਛਾ ਇਹ ਗੱਬਣਾ ਆਇਆ 5 ਗੱਬਣਾ ਬਾ ਠੀਕ ਹੈ ਇੱਕ ਤੇ ਮੈਂ ਅੱਜ ਦੂਗਣੀ ਆ ਦੇਖ ਇਹ ਸੂਆ ਦੂਜਾ ਨਹੀਂ ਸਰ ਪਹਿਲੇ ਸੂਏ 9 ਕਿਲੋ ਦੁੱਧ ਕੱਢਿਆ 9 ਕਿਲੋ ਜੀ 10,000 ਖਾਣ ਦੇਖੋ ਮੈਂ ਬਹੁਤ ਸੋਹਣਾ ਥਾਣਾ ਜਿਹਾ ਦੇਖੋ ਵਾਹ ਜੀ ਵਾਹ ਕੋਲੀ ਪਾਲੀ ਬੜੀ ਹੈ ਬਹੁਤ ਟੱਪੜ ਕੋਲੀ ਹੈ ਇਹ ਵੀ ਹੈ ਇੱਕ ਰੰਗ ਕਾਲੀ ਹੈ ਪੂਰੀ ਚੁਰੀ ਵਾਲ ਚਟਾ ਹੈਗਾ ਬਿਲਕੁਲ ਜੀ ਲੈ ਚਲੋ ਜੀ ਲੈ ਚਲੋ ਲੈ ਚਲੋ ਕਾਲੀ ਭੋਲੀ ਪਾਲੀ ਬਹੁਤ ਜੈਲੀ ਚੋਣ ਹੈ ਭੋਲ ਬਾਹੋਂ ਭੋਲੀ ਆ ਠੀਕ ਹੈ ਭਾਜੀ ਮੈਂ ਚੰਗੀ ਹੈ ਸੰਦੀਪ ਸਿੰਘ ਹਾਂਜੀ ਬਹੁਤ ਚੰਗੀ ਹੈ ਮੈਂ ਘਰ ਖਾ ਕੇ ਨਾ ਹਾਂਜੀ ਬਹੁਤ ਜੈਲੀ ਚੰਗੀ ਹੈ ਸੰਦੀਪ ਸਿੰਘ ਬੋਲ ਨਹੀਂ ਜ਼ਿਆਦਾ ਕਰਨਾ ਇਹਦਾ ਵੀ 70 ਬਾ ਠੀਕ ਹੈ ਆ ਝੋਟੀ ਦੂਜੇ ਸੂਏ ਮੂੰਹ ਸ਼ਿੱਕੀ ਖੜ ਜਾਓ ਇੱਕ ਮਿੰਟ ਰੱਖੋ ਹਾਂਜੀ ਮੂੰਹ ਸ਼ਿੱਕੀ ਆ ਗੱਬਣਾ ਜੀ ਗੱਬਣਾ ਜੀ ਇਹਨੇ ਸੰਦੀਪ ਸਿੰਘ 12-13 ਕਿਲੋ ਪਹਿਲੇ ਸੂਏ ਦੁੱਧ ਕੱਢਿਆ ਅੱਛਾ 12-13 ਕਿਲੋ ਆ ਦੇਖੋ ਜੀ ਵੱਡੀ ਝੋਟੀ ਆ ਲੈ ਚਲੋ ਜੀ ਵੇਖੋ ਬਹੁਤ ਵੱਡੀ ਝੋਟੀ ਹੈ ਜੀ ਨੱਥ ਨਹੀਂ ਆ ਗਈ ਆ ਦੇਖੋ ਦੁੱਧ 15 ਕਿਲੋ ਦੀ ਉਮੀਦ ਵਾਰ ਕਰੂਗੀ ਚਲੋ 13-14 ਕਿਲੋ ਇੰਨੀ ਗਰਮੀ ਜੀ ਕਰਦੇ ਬਹੁਤ ਆ ਜੀ ਬਹੁਤ ਆ ਬਹੁਤ ਚੰਗੀ ਖਾਣ ਪਰਾ ਚੰਗਾ ਲੈ ਜਾਓ ਉੱਥੇ ਲੈ ਜਾਓ ਕੋਈ ਗੱਲ ਨਹੀਂ ਲੈ ਜੀ ਧਿਆਨ ਹੌਲੀ ਹੌਲੀ ਵੱਡੀ ਮੱਝ ਹੈ ਜੀ ਤੇ ਦੇਖੋ ਲੇਵਾ ਦੇਖੋ ਮੈਂ ਵਾਹ ਕਿੰਨਾ ਦੁੱਧ ਕਰੂ ਭਾਜੀ ਫਿਰ ਇਹ 15 ਕਿਲੋ 14-15 ਚੋਇਆ ਵਾ ਦੂਜੇ ਕਰ
चलो फिर दिखा दो मैडम, आ देखो प्योर नीली दे आ गए जी, आ देखो जी प्योर नीली, वाकई बहुत ठंडी मज है जी, आ रहे 14-15 किलो दुध पहले सूए उम्मीद करने 14-15 कड्या वा गए पिछली रही हो सकता किलो खंड बड़े बधे जे मतलब सेवा वध के संदीप साहब मुल जिन्ना मर्जी करी जाए ना कोई बंदा आखे भी खोला मैं वा सिंह खुला वा भाऊ ने मुल करता संदीप साहब मुल बिलकुल बराबर 90,000 रुपया छोड़ करूं 99,000 रुपया जी40-45 मगर जी कटा ₹35,000 ਬਿਲਕੁਲ ਬਰਾਬਰ ਦੁੱਧ ਸਹੀ ਦੁੱਧ 8 ਕਿਲੋ ਆ 7 ਲੀਟਰ ਦੀ ਸਾਡੀ 7 ਕਿਲੋ ਭਾਵੇਂ ਚੂਵੇ ਬੱਚਾ ਨਾਲ ਦੋਗੇ ਜੀ ਥੋੜਾ ਜਿਹਾ ਤੇ ਸਵੇਰੇ ਸਾਡੇ ਇਸ ਤਰ੍ਹਾਂ ਕੀਤਾ ਜੇ ਵੀ ਰਾਤੀ ਹੀ ਫਚੋਗ ਜਾਂਦੀ ਆ ਹਾਂਜੀ ਸਵੇਰੇ ਹੀ ਇੱਕ ਵਾਰੀ ਬੱਚਾ ਛੱਡਿਆ ਤੇ ਮਤਲਬ ਕਿ ਮੈਂ ਥੋੜੀ ਜੀ ਲੱਤ ਮਾਰ ਗਈ ਠੀਕ ਹੈ ਜੀ ਸਵੇਰੇ 7:30 ਵਜੇ ਦਾ ਮੈਂ ਚੋਈ ਜੀ ਚਲੋ ਠੀਕ ਆ 7:30 ਵਜੇ ਨੂੰ ਚੋਈ ਨਹੀਂ ਇਹ ਮੈਂ ਆ ਸੀ ਸਰ ਜੀ ਘਰ ਮੈਂ ਵੇਚ ਕੇ ਆ ਮੈਂ ਇਹ ਘਰ ਟਕਾ ਲਈ ਆ ਅੱਛਾ ਜੀ ਆ ਤੇ ਆ ਲੈ ਮੈਂ ਗੱਬੜ ਨਿਕਲ ਗਿਆ ਤਾਂ ਦੱਸਿਆ ਹਾਂਜੀ ਹਾਂ ਮੈਂ ਹੀ ਹੁਣ ਲਈ ਆ ਅੱਜ ਹੁਣ ਲਈ ਜਿਹੜੇ ਮਗਰਾਂ ਵੀ ਕੱਟਾ ਬੜਾ ਤਗੜਾ ਅੱਛਾ ਜੀ ਆ ਸਰ ਚਾਹੀ ਤਾਂ ਨੱਤੀ ਆ ਆ ਕੱਟਾ ਵਾ ਠੀਕ ਹੈ ਬਾਈ बहुत सोना रेट आई ₹1,13,000 चलो जी आई पशु है जी बड़ा सोहना रेट किया बिलकुल पोले पोले भाव आ फिर भी मेरा वीर इतने आके एक टाइम दो टाइम चुवाई जरूर करो पास करे लै जो बार बार यही बेनती होंगी है कि इतने आओ ਚੁਆਈ ਕਰਵਾ ਲਓ ਸਹੀ ਹੈ ਕਿ ਨਹੀਂ ਬਾਈ ਜੀ ਬਿਲਕੁਲ ਜੀ ਹਾਂ ਜੀ ਜਿਹਨੇ ਪੈਸੇ ਖਰਚਣੇ ਪੈਸੇ ਐਵੇਂ ਥੋੜਾ ਬਣਦੇ ਆ ਬਿਲਕੁਲ ਬਾਈ ਜੀ ਮੈਂ ਤਾਂ ਗੱਲ ਇਦਾਂ ਵਾ ਵੀ ਮਤਲਬ ਕਿ ਬੜੀ ਖੇਚਲ ਕਰਨੀ ਪੈਂਦੀ ਮਿਹਨਤ ਕਰਨੀ ਪੈਂਦੀ ਜੀ ਹਾਂ ਬਾਕੀ ਇਹ ਨਹੀਂ ਸਾ ਗੱਲ ਇਦਾਂ ਵੀ ਸਾਡੇ ਤੇ ਜਿਹੜੇ ਭੈਣ ਭਰਾ ਵਿਸ਼ਵਾਸ ਕਰਦੇ ਆ ਨਾ ਹਾਂ ਜੀ ਮਤਲਬ ਕਿ ਸਾਡਾ ਵੀ ਮਨ ਇਹ ਗੱਲ ਚਾਹੁੰਦਾ ਵਾ ਵੀ ਅਸੀਂ ਕਿਤੇ ਲਾਮਾ ਨਾ ਮਰੀਏ ਲਾਮਾ ਨਾ ਸਹੀ ਹੈ ਲਾਮਾ ਨਾ ਆਵੇ ਬਿਲਕੁਲ ਸਚਾਈ ਦਾ ਮਾਲ ਵੇਚੀ ਹਾਂ ਜੀ ਸਚਾਈ ਦੇ ਮਾਲ ਦਾ ਮਜ਼ਾ ਜੀ ਮਜ਼ਾ ਜੀ ਸਰੂਰ ਜਿਹਾ ਆ ਜਾਂਦਾ ਜੀ ਗੱਲ ਇਦਾਂ ਸੁਨੀਲ ਸਾਹਿਬ ਮੈਂ ਹੁਣ ਮਹੀਆਂ ਦਿੱਤੀਆਂ 10 ਤਰੀਕ ਹਾਂ ਜੀ ਹਾਂ ਜੀ
ਤੇ 11 ਤਰੀਕ ਨੂੰ ਮੈਂ ਪ੍ਰਸ਼ਾਦਾ ਛਕਣ ਲੱਗਾ ਤੇ ਮੈਂ ਸਾਰੇ ਜਿਹੜੇ ਜਿਹੜਾ ਬੰਦਿਆਂ ਨੂੰ ਫੋਨ ਤੇ ਪੁੱਛਿਆ ਵੀ ਭਾਜੀ ਮਈਆਂ ਚੰਗੀਆਂ ਵਾ, ਸਿਰਫ ਸੰਦੀਪ ਸਿੰਘ ਇੱਕ ਬੰਦੇ ਨੇ ਮੈਨੂੰ ਸਿਰਫ ਮਾੜਾ ਜਿਹਾ ਕਿਹਾ ਵੀ ਭਾਜੀ ਮੈਂ ਮੈਨੂੰ ਬੁਖਾਰ ਵਾ। ਅੱਛਾ ਜੀ, ਤੁਹਾਡੇ ਕੋਲ ਖੜੀ ਆ, ਮੈਂ ਬੁਖਾਰ, ਮੈਂ ਭਾਜੀ ਅਸੀਂ ਮਈਆਂ ਮਤਲਬ ਕਿ ਵਪਾਰੀ ਸਾਫ ਤੋਂ ਬੜੀਆਂ ਕਰਦੇ ਜੀ ਨਵਾਲਦੇ ਆ, ਇਹਦਾ ਕਾਰਨ ਤਾਂ ਜੀ ਮੈਂ ਦਾ ਕਰਕੇ, ਬਾਕੀ ਕੋਈ ਸੰਦੀਪ ਸਿੰਘ ਸਾਨੂੰ ਮਿਲ ਕੇ 10 ਮਈਆਂ 9 10 ਸਾਡੀਆਂ ਗਈਆਂ ਵਾ, 10 ਪਰਸੋਂ ਫਿਰ 20 ਮਤਲਬ ਕਿ ਮਾਰ ਡੰਗਰ ਗਏ ਆ, ਅਸੀਂ ਫੋਨ ਸ਼ਾਮਾਂ ਨੂੰ ਜਿੱਦਾਂ ਅੱਜ ਮਈਆਂ ਗਈਆਂ ਇੱਕ ਦਿਨ ਛੱਡ ਕੇ ਅਸੀਂ ਫੋਨ ਕਰਕੇ ਪੁੱਛਦੇ ਆ ਵੀ ਭਾਜੀ ਦੁੱਧ ਮਈਆਂ ਨੇ ਕੱਢਿਆ, ਗੁਰੂਆਂ ਨੇ ਵੀ ਕੱਢਿਆ, ਇਹ ਮੇਰਾ ਸੂਦ ਵਾ, ਬਿਲਕੁਲ ਚਾਹੀਦਾ ਬਈ, ਅੱਜ ਡੰਗਰ ਗਿਆ ਤੇ ਕੱਲ ਨੂੰ ਸ਼ਾਮਾਂ ਨੂੰ ਪੁੱਛਣਾ ਵਾ ਚਾਹੀਦਾ ਵੀ ਤਿੰਨ ਡੰਗ ਆਪਣੇ ਘਰ ਚੋਲੇ, ਬਿਲਕੁਲ ਬਈ, ਫਿਰ ਪੁੱਛੀਦਾ ਉਹਨਾਂ ਮਈਆਂ ਦੇ ਵਿੱਚੋਂ। ਸਿਰਫ ਸੰਦੀਪ ਸਾਹਿਬ ਮੈਨੂੰ ਇੱਕ ਬੰਦੇ ਨੇ ਆਖਿਆ ਵੀ ਭਾਜੀ ਮੈਂ ਇਹਨੂੰ ਮਾੜਾ ਜਿਹਾ ਤੁਹਾਡੀ ਮੈਂ ਚੈੱਕ ਕਰਾਈ ਆ, ਮੈਂ ਇਹਨੂੰ ਬੁਖਾਰ ਨਿਕਲਿਆ, ਹਾਂਜੀ, ਮੈਂ ਭਾਜੀ ਉਹਦੇ ਹੁਣ ਮੇਰੇ ਵਾਸਤੇ ਗੱਲ, ਬਿਲਕੁਲ ਦੇਖਦਾ ਤਿੰਨ ਮੱਠ ਬੰਦੇ ਦੇ ਵਿੱਚ ਹੋ ਜਾਂਦੇ ਬਾਜੀ, ਹੋ ਜਾਂਦੇ ਹੋ ਜਾਂਦੇ ਬਾਹਰ, ਅਸੀਂ ਵੀ ਸੰਦੀਪ ਸਾਹਿਬ ਬੜੀ ਲੋ ਵਗਦੀ ਹੈ ਗੱਲ ਦਾ, ਜੇ ਮੋਟਰਸਾਈਕਲ ਤੇ ਜਾਈਦਾ ਬੜਾ ਮੰਦਾ ਮੰਦਾ ਹੁੰਦਾ ਬਾਜੀ, ਮਿੰਟ ਮਿੰਟ ਤੇ ਪਾਣੀ ਪੀਣ ਦੇ ਹੁੰਦਾ ਹੁੰਦਾ ਜੀ, ਤੇ ਚਲੋ ਨੰਬਰ ਬੋਲਦੇ ਜੀ, ਪਿੰਡ ਗੱਲ ਦਾ ਮੱਤੇਵਾਲ ਤਹਿਸੀਲ ਬਾਬਕਲਾ ਜ਼ਿਲ੍ਹਾ ਅੰਮ੍ਰਿਤਸਰ, ਤੇ ਫੋਨ ਨੰਬਰ 88 37 62 65। ਸੰਦੀਪ ਸਾਹਿਬ ਦੂਜੀ ਗੱਲ ਇੱਕ ਹੋਰ ਆ ਵੀ ਭੈਣ ਭਰਾ ਨਾ ਮੈਂ ਅੱਗੇ ਵੀ ਤੁਹਾਨੂੰ ਆਖਿਆ ਕਹਿੰਦੇ ਭਾਜੀ ਛੇਰੀ ਛੇਰੀ ਵੀਡੀਓ ਪਾਓ, ਵੀਡੀਓ ਪਾਓ, ਸਤਾਈ ਜਾਂਦੇ ਆ, ਵੀਡੀਓ ਪਾ ਵੀਡੀਓ ਤਾਂ ਵੇਖ ਲੈਂਦੇ ਸੀ, ਮੁੜ ਕੇ ਮੈਂ ਇੱਕ ਦਿਨ ਮੈਨੂੰ ਬੰਦੇ ਨੇ ਇੱਦਾਂ ਕੀਤਾ ਸਾਰੀ ਦਿਹਾੜੀ ਇਹੋ ਗੱਲ ਹੀ ਭਾਜੀ ਵੀਡੀਓ ਪਾਓ ਵੀਡੀਓ ਪਾਓ, ਮੈਨੂੰ ਤਾਂ ਉਹਨੇ ਮਤਲਬ ਕਿ ਪਾਣੀ ਨਹੀਂ ਪੀਣਾ ਤੇ ਪ੍ਰਸ਼ਾਦਾ ਖਾਣਾ ਖਾਣਾ ਵੀ ਗੱਲ ਦਾ ਤੰਗ ਕਰਤਾ, ਤੇ ਮੁੜ ਕੇ ਮਈਆਂ ਵੇਖ ਕੇ ਕੋਈ ਸੁਰ ਜਵਾਬ ਨਾ, ਉਹਦੇ ਨਾਲ ਚੰਗਾ ਵਾ ਸੰਦੀਪ ਸਾਹਿਬ ਪਹਿਲੀ ਤੁਹਾਡੇ ਵਾਲੀ ਵੀਡੀਓ ਜਿਹੜੀ ਪਈ ਉਹ ਵੇਖ ਲਿਆ ਕਰਨਾ ਚਾਹੀਦੇ ਵੀ, ਚੰਗੀ ਲੱਗਦੀ ਜਿਹੜੀ ਮਤਲਬ ਕਿ ਇੱਕ ਚੰਗੀ ਲੱਗਦੀ ਇੱਕ ਮਤਲਬ ਕਿ ਸਾਨੂੰ ਆਖਦੇ ਨਹੀਂ ਵੀਡੀਓ ਜ਼ਰੂਰ, ਬਿਲਕੁਲ ਬਿਲਕੁਲ ਭਾਜੀ, ਨਹੀਂ ਵੀ ਨਹੀਂ ਜਿਹੜੀ ਮੈਂ ਚੰਗੀ ਲੱਗਦੀ ਅਗਲੇ ਨੂੰ ਵੀਡੀਓ ਪਾਵਾਂਗੇ ਚਵਾਈ ਵੀ ਕਰਾਵਾਂਗੇ, ਬਿਲਕੁਲ ਭਾਜੀ, ਹਾਂ ਚਲੋ ਸਤਿ ਸ਼੍ਰੀ ਅਕਾਲ।